ਸਤਿਗੁਰ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਉਮੀਦ ਕਰਦੀ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ ਸੋਨੋ ਤੇ ਇਕਲਜੀਤ ਸਿੰਘ ਦੇ ਨਾਲ ਤੁਹਾਡਾ ਆਪਣਾ ਫੇਵਰਟ ਚੈਨਲ ਹੀ ਤਾਂ ਪੰਜਾਬੀ ਅੱਜ ਦੀਆਂ ਖਬਰਾਂ ਦੇ ਵਿੱਚ ਗੱਲ ਕਰਾਂਗੇ ਜੀ ਕੱਲ ਸ਼ੁਰੂਆਤ ਕੀਤੀ ਸੀ ਟੌਪਿਕ ਦੀ ਕੱਲ ਇੱਕ ਛੇੜਿਆ ਸੀ ਟੌਪਿਕ ਪੈਸਿਆਂ ਦਾ ਕਿ ਪੈਸੇ 10000 ਤੋਂ ਵੱਧ ਲੈ ਕੇ ਯੂਰਪ ਤੋਂ ਜੀ ਇਟਲੀ ਤੋਂ ਅਸੀਂ 에ਅਰਪੋਰਟ ਤੋਂ ਕੈਸ਼ ਦੇ ਵਿੱਚ ਪੈਸੇ ਲੈ ਕੇ ਜਾਣਾ ਹੁਣ 10000 ਯੂਰੋ ਤੋਂ ਲੈ ਕੇ ਜਾ ਸਕਦੇ ਹਾਂ ਜਾਫਰ 12 ਲੈ ਕੇ ਆਣੇ ਹੁਣ ਯੂਰਪ ਇਟਲੀ ਦੇ ਵਿੱਚ ਐਂਟਰ ਹੁਣ ਲੀਅਰਪੋਰਟ ਤੇ ਕੈਸ਼ 10000 ਤੋਂ ਵੱਧ ਲੈ ਕੇ ਆ ਸਕਦੇ ਆ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਜੁਰਮਾਨਾ ਕਦੇ ਕਿਸੇ ਨੂੰ ਪਹਿਲਾਂ ਹੋਇਆ ਜਾਂ ਨਹੀਂ ਹੋਇਆ ਪੈਸੇ ਜ਼ਬਤ ਹੋ ਜਾਂਦੇ ਆ ਪਰ ਕਿੰਨੇ ਹੋ ਜਾਂਦੇ ਆ ਪਰ ਉਹ ਜਿਹੜੇ ਪੈਸੇ ਜ਼ਬਤ ਹੋਣ ਤੋਂ ਬਚਤ ਕਿੱਦਾਂ ਹੁੰਦੀ ਆ ਕਿਸ ਹਿਸਾਬ ਨਾਲ ਬਚਿਆ ਜਾ ਸਕਦਾ ਕਿ ਜਿਹੜੇ ਪੈਸੇ ਬਾਧੂ ਆ ਕਿਉਂਕਿ ਹੋ ਸਕਦਾ ਕਿਸੇ ਯਾਰ ਦੋਸਤ ਮਿੱਤਰ ਨੇ ਦਿੱਤੇ ਹੋਣੇ ਆਪਣੇ ਘਰ ਪਰਿਵਾਰ ਨੂੰ ਦੇਣ ਦੇ ਲਈ ਉਹ ਕਿਸ ਹਿਸਾਬ ਦੇ ਨਾਲ ਬਚਾਏ ਜਾ ਸਕਦੇ ਨੇ ਇਹਨਾਂ ਬਾਰੇ ਅਸੀਂ ਗੱਲਬਾਤ ਕਰਾਂਗੇ ਇਟਲੀ ਦੀ ਮੂਕ ਖਬਰਾਂ ਜੋ ਅਜਿ ਇਟਲੀ ਦੇ ਵਿੱਚ ਚੱਲੀਆਂ ਉਹਨਾਂ ਉੱਤੇ ਵੀ ਨਜ਼ਰ ਮਾਰਾਂਗੇ ਜਿੱਦਾਂ ਕਿ ਖਬਰਾਂ ਦੇ ਵਿੱਚ ਇੱਕ ਖਬਰ ਆ ਜੋੜ ਰਹੀ ਹੈ ਜੀ ਇੱਕ ਵੈਕਸੀਨ ਹੈ ਜੀ ਕਿਹੜੀ ਵੈਕਸੀਨ ਹੈ ਜੋ ਦਾਵਾ ਕਰ ਰਹੀ ਹੈ ਕਿ ਜਿਹੜੇ ਜ਼ਿਆਦਾ ਹੀ ਜਿਨ੍ਹਾਂ ਦੀ ਸਿਹਤ ਖਰਾਬ ਆ ਉਹਨਾਂ ਦੇ ਉੱਤੇ 100% ਕੰਮ ਕਰ ਰਹੀ ਹੈ ਜੀ ਉਹਨਾਂ ਦੀ ਵੈਕਸੀਨ ਤੇ ਕਿਹੜਾ ਦੇਸ਼ ਕਿਹੜਾ ਦੇਸ਼ ਕਿਸ ਵੈਕਸੀਨ ਦੇ ਉੱਤੇ ਆਪਣੀ ਸ਼ਰਤ ਲਾ ਰਿਹਾ ਸ਼ਰਤਾਂ ਲਾ ਰਿਹਾ ਕਹਿਣ ਦਾ ਮਤਲਬ ਕਿਸ ਵੈਕਸੀਨ ਨੂੰ ਜ਼ਿਆਦਾ ਖਰੀਦ ਰਿਹਾ ਤੇ ਕਿਸ ਨੂੰ ਨਹੀਂ ਖਰੀਦ ਰਿਹਾ ਜੀ ਸਰਕਾਰ ਦੇ ਕੋਲ ਲਗਾਤਾਰ ਮੰਗ ਕੀਤੀ ਜਾ ਰਹੀ ਕਿ ਸਾਨੂੰ ਘੁੰਮਣ ਫਿਰਨ ਦੀ ਇਜਾਜ਼ਤ ਦਿੱਤੀ ਜਾਵੇ ਘੱਟ ਤੋਂ ਘੱਟ 25 26 ਦਸੰਬਰ ਤੇ 1 ਤਰੀਕ ਨੂੰ ਜਿਹੜਾ ਨਵਾਂ ਸਾਲ ਆ ਇੱਥੇ ਸਾਨੂੰ ਘੁੰਮਣ ਫਿਰਨ ਦਿੱਤਾ ਜਾਵੇ ਕੌਂਤੀ ਜੀ ਨੇ ਇੱਕ ਦਿੱਤਾ ਬਿਆਨ ਜੀ ਚਲਾਈ ਮੈਂ ਕਿਹਾ ਜੀ ਛੱਡਿਆ ਇੱਕ ਤੀਰ ਕੀ ਕਿਹਾ ਆਖਿਰਕਾਰ ਕੌਂਤੀ ਨੇ ਜਿੰਨ ਆਪਣੇ ਹੱਥ ਸਾਫ਼ ਕਰ ਲਏ ਵੀ ਜੇ ਗਲਤੀ ਹੋਗੀ ਤਾਂ ਤੇਰੀ ਹੋਗੀ ਮੈਂ ਨਹੀਂ ਕਰਨੀ ਗਲਤੀ ਇਹਨਾਂ ਬਿਆਨਾਂ ਦੇ ਉੱਤੇ ਵੀ ਚੱਲਾਂਗੇ ਪਰ ਸਭ ਤੋਂ ਪਹਿਲਾਂ ਅੱਜ ਦੀਆਂ ਖਬਰਾਂ ਸਟਾਰਟ ਕਰਨ ਤੋਂ ਪਹਿਲਾਂ ਇੱਕ ਨਿਗਾ ਇੱਕ ਨਜ਼ਰ ਮਾਰ ਦਿਆਂ ਜੀ ਆਪਣੇ ਵਤਨ ਆਪਣੇ ਦੇਸ਼ ਵੱਲ ਵੀ ਦੇਖਦੇ ਆ ਜੀ ਇੰਡੀਆ ਦੇ ਵਿੱਚ ਜੋ ਜੋ ਕੁਝ ਹੋ ਰਿਹਾ ਤੁਹਾਨੂੰ ਸਭ ਨੂੰ ਪਤਾ ਸਾਡੇ ਨਾਲੋਂ ਜ਼ਿਆਦਾ ਅਪਡੇਟ ਤੁਸੀਂ ਹੋ ਸਕਦੇ ਹੋ ਸਕਦਾ ਪਰ ਕਿ ਪੰਜਾਬ ਦੇ ਵਿੱਚੋਂ 22 ਲੱਖ ਤੋਂ ਵੱਧ ਬੰਦਿਆਂ ਨੇ ਕੱਲ ਆਪਣਾ ਜਿਹੜਾ ਕਾਰਡ ਸੀ Jio ਵਾਲਿਆਂ ਦਾ ਬਲੌਕ ਕਰਤਾ ਕਿ ਅਸੀਂ ਚਲਾਣਾ ਹੀ ਨਹੀਂ ਉਹਨਾਂ ਦੀ ਵੀਡੀਓ ਆ ਰਹੀਆਂ ਜੀ ਫੋਨ ਆ ਰਹੇ ਨੇ ਕਿ ਤੁਸੀਂ ਸਾਡੇ ਕਾਰਡ ਚਲਾਓ ਕਾਰਡ ਕਿਉਂ ਬੰਦ ਕਰ ਰਹੇ ਹੋ ਕਿ ਸਾੰਨਾ ਦਾ ਅੰਦੋਲਨ ਚੱਲ ਰਿਹਾ ਜੀ ਉਸ ਤੋਂ ਬਾਅਦ ਰਾਜਸਥਾਨ ਸਾਰੇ ਪਾਸਿਓ ਲੋਕੀ ਇਕੱਠੇ ਹੋ ਕੇ ਦਿੱਲੀ ਨੂੰ ਪਹੁੰਚ ਰਹੇ ਨੇ ਤੇ ਅੰਬਾਨੀ ਉਹਨਾਂ ਦੇ ਜਿਹੜੇ Jio ਦੇ ਜੋ ਆਪਣੇ ਖੇਤਾਂ ਦੇ ਵਿੱਚ ਲੱਗੇ ਹਨ ਉਹਨਾਂ ਦੇ ਟਾਵਰ ਟਾਵਰ ਵੀ ਪੱਟੇ ਜਾ ਰਹੇ ਨੇ ਕਹਿ ਰਹੇ ਨੇ ਜੀ ਆਪਣੇ ਲੈ ਜਾਓ ਪਟਕੇ ਟਾਵਰ ਤੁਹਾਡੇ ਅਸੀਂ ਟਾਵਰ ਨਹੀਂ ਲੱਗਣ ਦੇਣੇ ਪੈਸੇ ਪੈਸਿਆਂ ਦੇ ਤੁਹਾਡਿਆਂ ਦੀ ਲੋੜ ਸਾਨੂੰ ਨਹੀਂ ਹੈਗੀ ਅਤੇ ਟਵਿੱਟਰ ਨੂੰ ਚੈੱਕ ਕਰ ਲਈ ਤੇ ਉੱਤੇ ਦੇਖਿਆ ਕਿ ਸਿੰਘਾ ਨੇ ਦਿੱਲੀ ਦੇ ਵਿੱਚ ਕੇਸ਼ਰੀ ਨਿਸ਼ਾਨ ਨੂੰ ਚਲਾ ਦਿੱਤਾ ਜੀ ਅੰਬਾਨੀ ਦੇ ਟਾਵਰ ਉੱਤੇ ਇਹ ਚਲਾ ਟਵਿੱਟਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜੀ ਜੀਵਨ ਸੰਧੂ ਜੀ ਨੇ 3 ਘੰਟੇ ਪਹਿਲਾਂ ਇਸ ਪੋਸਟ ਨੂੰ ਪਾਇਆ ਸੀ ਜੀ ਵੱਧਿਆ ਜੀ ਆਪਣੀਆਂ ਇਟਲੀ ਦੀਆਂ ਮੇਨ ਕਵਰਾਂ ਦੇ ਵੱਲ ਸਭ ਤੋਂ ਪਹਿਲਾਂ ਸਵੇਰ ਤੋਂ ਹੀ ਸ਼ੁਰੂਆਤ ਹੋ ਗਈ ਸੀ ਖਬਰ ਤੀਕਿ ਅੱਜ ਇਟਲੀ ਦੇ ਵਿੱਚ 4 ਸਟੇਟਾਂ ਨੇ ਲੂਮਬਰ ਦੇ ਪੀਮੋਂ ਤੇ ਤੋਸਕਾਨਾ ਬਰੂਤਸੋ ਜਿਨ੍ਹਾਂ ਨੇ ਆਪਣਾ ਰੰਗ ਬਦਲਣਾ ਜੀ ਰੰਗ ਬਦਲਣ ਗਿਆ ਤੇ ਆਪਾਂ ਨੂੰ ਲੋਮਬਰ ਦੀ ਜਿਆਦਾ ਤਾਂ ਪਤਾ ਹੀ ਹੈ ਜੀ ਅੱਖਾਂ ਮੀਟ ਕੇ ਐਦਵਾਰ ਨੂੰ ਤਾਂ ਇਹ ਜਿੱਥੇ ਮਰਜੀ ਜਾਇਓ ਅੱਜ ਆਪਡੇਟ ਆ ਜਾਣਾ ਜਿਸ ਟਾਈਮ ਅਸੀਂ ਰਿਕਾਰਡ ਕਰ ਰਹੇ ਹਾਂ ਜੀ ਉਸ ਤੋਂ ਬਾਅਦ ਵਾਈ ਗੁਰੂ ਮੇਰ ਕਰੇ ਜੀ ਇਦਾਂ ਦਾ ਕੰਮ ਜੋ ਆਸਟ੍ਰੇਲੀਆ ਦੇ ਵਿੱਚ ਹੋ ਹਰ ਦੁਨੀਆ ਦੇ ਵਿੱਚ ਕਦੇ ਵੀ ਕਿਸੇ ਪਾਸੇ ਨਾ ਹੋਵੇ ਕੀ ਕੀ ਹੋ ਗਿਆ ਜੀ ਯੂਨੀ ਆਪਣਾ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਇੱਕ ਨਵੀਂ ਵੈਕਸੀਨ ਤਿਆਰ ਕੀਤੀ ਗਈ ਕੋਵਿਡ ਤੋਂ ਕੋਵਿਡ ਦੇ ਖਿਲਾਫ ਕੀਤੀ ਇੱਕ ਤਿਆਰ ਵੈਕਸੀਨ ਜਿਹਦਾ ਟ੍ਰਾਇਲ ਪਹਿਲਾ ਟ੍ਰਾਇਲ ਚੱਲ ਰਿਹਾ ਹੈ ਉਸ ਵੈਕਸੀਨ ਨੂੰ ਲਵਾਉਣ ਤੋਂ ਬਾਅਦ ਕੁਝ ਬੰਦਿਆਂ ਦੇ ਵਿੱਚ ਕੁਝ ਬੰਦਿਆਂ ਦਾ ਐਚ ਆਈ ਵੀ ਪੋਜ਼ਿਟਿਵ ਟੈਸਟ ਆ ਗਿਆ ਜੀ ਉਹਨਾਂ ਦੇ ਵਿੱਚ ਉਹ ਉਹ ਮਾਤਰਾ ਉਹ ਜਿਹੜੀ ਘਟਾਣੂਆਂ ਦੀ ਮਾਤਰਾ ਰੱਖ ਲੋ ਅੰਤਿਕ抗ਪੀ ਰੱਖ ਲੋ ਐਚ ਆਈ ਵੀ ਦੇ ਉਹਨਾਂ ਦੇ ਵਿੱਚ ਘਟਾਣੂ ਲੈਵਲ ਵੱਧ ਗਿਆ ਜੀ ਤੇ ਉਹ ਕਹਿ ਰਹੇ ਨੇ ਕਿ ਇਹ ਜੋ ਸਾਰਿਆਂ ਦੇ ਵਿੱਚ ਨਹੀਂ 216 ਉੱਤੇ ਐਕਸਪੈਰੀਮੈਂਟ ਕੀਤਾ ਗਿਆ ਉਹਨਾਂ ਦੇ ਵਿੱਚ ਨੰਬਰ ਨਹੀਂ ਦੱਸਿਆ ਕਿੰਨੇ ਕੁਝ ਬੰਦੇ ਐਚ ਆਈ ਵੀ ਪੋਜ਼ਿਟਿਵ ਹੋ ਗਏ ਨੇ ਤੇ ਉਹ ਕਹਿ ਰਹੇ ਨੇ ਕਿ ਸ਼ਾਇਦ ਉਹ ਐਚ ਆਈ ਵੀ ਦਾ ਜਿਹੜਾ ਟੈਸਟ ਹੋਏ ਗਲਤ ਹੋਵੇ ਖਰਾਬ ਹੋਵੇ ਉਹ ਦੁਆਰਾ ਦੇਖਣਾ ਪੈਣਾ ਪਰ ਜੇਕਰ ਇੱਕ ਵੈਕਸੀਨ ਲੱਗਣ ਦੇ ਨਾਲ ਕੋਈ ਕਿਸੇ ਬੰਦੇ ਨੂੰ ਐਡਜ਼ ਹੋ ਜਾਂਦਾ ਐਚਆਈਵੀ ਹੋ ਜਾਂਦਾ ਤਾਂ ਬਹੁਤ ਹੀ ਜ਼ਿਆਦਾ ਖਤਰਨਾਕ ਖਤਰਨਾਕ ਗੱਲ ਆ ਕਿਉਂਕਿ ਬਹੁਤ ਜ਼ਿਆਦਾ ਪ੍ਰੋਬਲਮ ਵਾਲੀ ਗੱਲ ਪਰ ਜੋ ਜਿਹੜੇ ਜਿਹੜੀਆਂ ਜੇ ਸਭ ਯੂਨੀਵਰਸਿਟੀ ਦੇ ਨਾਲ ਜਿਹੜੀ ਯੂਨੀਵਰਸਿਟੀ ਦਾ ਕੁਈਨਸਲੈਂਡ ਕੁਈਨਸਲੈਂਡ ਯੂਨੀਵਰਸਿਟੀ ਦੇ ਨਾਲ ਰਲ ਕੇ ਅਤੇ ਕੋਮਨਸ ਵੈਲਥ ਸੇਰਮ ਲੈਬੋਰਟਰੀਸ ਨਾਲ ਵਾਲੇ ਦਾਵਾ ਕਰ ਰਹੇ ਨੇ ਕਿ ਸਾਡੀ ਵੈਕਸੀਨ ਦੇ ਨਾਲ ਬੰਦਾ ਤਾਂ ਠੀਕ ਹੋ ਸਕਦਾ ਪਰ ਉਹਨੂੰ ਵਾਇਰਸ ਨਹੀਂ ਹੋ ਸਕਦਾ ਬਹੁਤ ਹੀ ਜ਼ਿਆਦਾ ਪ੍ਰੋਬਲਮ ਵਾਲੀ ਗੱਲ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਕਿ ਕਿਸੇ ਵੈਕਸੀਨ ਦੇ ਨਾਲ ਐਚ ਆਈ ਵੀ ਹੋ ਸਕਦਾ ਜਾਂ ਫਿਰ ਨਹੀਂ ਸਾਨੂੰ ਜਰੂਰ ਦੱਸਿਓ ਜੀ ਵਾਲੇ ਦੋਸਤਾਂ ਦੇ ਵਿੱਚ ਵੀ ਕੱਲ ਤੋਂ ਨਵੇਂ ਵਾਲੇ ਦੋਸਤਾਂ ਦੇ ਵਿੱਚ ਕੱਲ ਤੋਂ ਨਵੇਂ ਕਾਨੂੰਨ ਲਾਗੂ ਹੋਣਗੇ ਬਾਰ ਰੈਸਟੋਰੈਂਟ ਤੇ ਜਿਹੜੀਆਂ ਦੁਕਾਨਾਂ ਨੇ ਖੁੱਲਣਗੀਆਂ ਤੇ ਖੁੱਲੀਆਂ ਰਹਿਣਗੀਆਂ ਸਪੋਰਟ ਕਰ ਸਕਦੇ ਆ ਜਿਹੜੇ ਉੱਥੇ ਦੇ ਬੰਦੇ ਨੇ ਕੋਮ ਅਫਰ ਸਾ ਦੇ ਨੇ ਉਹਨਾਂ ਨੂੰ ਕੋਈ ਵੀ ਰੋਗ ਟੋਕ ਨਹੀਂ ਲੱਗੂਗੀ ਜੀ ਤੇ ਆ ਕੀ ਆਸਟਰਾ ਜ਼ੇਨਗਾ ਨੇ ਵੀ ਇੱਕ ਨਵਾਂ ਲਾਜਿਕ ਕਰ ਲਿਆ ਉਹ ਹੀ ਕਰਤਾ ਹੋਈ ਕੰਮ ਆਸਟਰਾ ਜ਼ੇਨਗਾ ਨੇ ਜੀ ਇੱਕ ਨਵਾਂ ਬਿਆਨ ਦਿੱਤਾ ਜੀ ਕਿਹੜਾ ਬਿਆਨ ਦਿੱਤਾ ਕਹਿੰਦੇ ਨੇ ਜੀ ਇਹਨਾਂ ਨੇ ਆਪਣੀ ਜੋ ਵੈਕਸੀਨ ਹੈ ਨੂੰ ਨਾਲ ਰੜਾ ਲੈਣਾ ਰਸ਼ੀਨ ਨੂੰ ਵੈਕਸੀਨ ਅਤੇ ਆਸਟਰਾ ਜ਼ੇਨਗਾ ਦੋਹਾਂ ਦਾ ਜੁਆਇਨ ਕੰਬੀਨੇਸ਼ਨ ਹੋਊਗਾ ਜੀ ਹਾਂਜੀ ਇਹਨਾਂ ਦੋਹਾਂ ਨੇ ਆਪਣੀਆਂ ਸਟੱਡੀਆਂ ਕਰ ਦਣੀਆਂ ਹੁਣ ਇਹ ਦੋ ਵੈਕਸੀਨਾਂ ਨੇ ਹੋ ਸਕਦਾ ਇਹ ਦੋ ਤੋਂ ਇੱਕ ਵੈਕਸੀਨਾਂ ਹੋ ਜਾਣਗੀਆਂ ਜਰਮਨ ਦੇ ਵਿੱਚ ਜਿਸ ਹਿਸਾਬ ਦੇ ਨਾਲ ਗਿਣਤੀ ਵੱਧ ਰਹੀ ਹੈ ਜੀ ਜਰਮਨ ਤਾਂ ਲੋਕੀ ਕਹਿ ਰਹੇ ਨੇ ਜੀ ਸਾਨੂੰ ਨਤਾਲਿਆਂ ਦੀ ਲੋੜ ਨਹੀਂ ਪਹਿਲਾਂ ਹੀ ਜਿਹੜਾ ਆ ਲਾਕਡਾਊਨ ਜਿਹੜੀ ਲਾਕਡਾਊਨ ਪਹਿਲਾਂ ਹੀ ਲਾਣੇ ਚਾਹੀਦੇ ਨੇ ਹੋ ਸਕਦਾ ਉੱਥੇ ਪਹਿਲਾਂ ਹੀ ਲਾਕਡਾਊਨ ਲੱਗ ਜਣ ਤੇ ਗੱਲ ਕਰਦੇ ਹਾਂ ਜੀ ਆਪਣਾ ਜੋਸੈਪੇ ਕੋਨਤੇ ਜੀ ਦਾ ਕੀ ਬਿਆਨ ਹੈ ਜੀ ਜੋਸੈਪੇ ਕੋਨਤੇ ਉੱਤੇ ਹੀ ਚੱਲ ਰਹੇ ਨੇ ਜੋਸੈਪੇ ਕੋਨਤੇ ਨੂੰ ਸਾਰੇ ਕਹਿ ਰਹੇ ਨੇ ਤੂੰ ਲੋਕਾਂ ਨੂੰ ਕਾਰਾਂ ਚ ਬੰਦ ਕਰ ਬੰਦ ਕਰ ਤੂੰ ਆਪਣਾ ਤਾਨਾ ਸ਼ਾਹ ਘੁਬਣ ਰਿਹਾ ਤੂੰ ਸਮਝ ਨਾ ਕੀ ਆਪਣੇ ਆਪ ਨੂੰ ਤੈਨੂੰ ਰਾਜਾ ਬਣਾਉਣ ਵਾਲੇ ਤੂੰ ਤੇ ਤੂੰ ਹੀ ਸਾਨੂੰ ਅ ਕਾਰਾਂ ਚ ਜੇਲਾਂ ਚ ਬੰਦ ਕਰ ਰਿਆ ਅੱਛਾ ਜੀ ਉਹਨਾਂ ਨੇ ਕੀ ਕਿਹਾ ਨਹੀਂ ਦੇਖਿਆ ਭਏ ਬੰਦੇ ਲੈਣ ਪੜ ਕਰਾਏ ਨੇ ਬਾਅਦ ਚ ਵੋਟਾਂ ਮੋਟਾਂ ਵੀ ਲੈਣੀਆਂ ਨੇ ਇਹਦੇ ਕੋਲੋਂ ਤੇ ਕਿਸ ਹਿਸਾਬ ਨਾਲ ਦੇਖੋ ਜੀ ਪੋਲਿਟਿਕਸ ਨੇ ਇਹਨਾਂ ਨੇ ਗੇਮਾਂ ਕਮਾੜੀਆਂ ਹੁੰਦੀਆਂ ਨੇ ਬੱਸ ਕੀ ਫਿਰ ਕਿਸੇ ਫਿਰ ਕੀ ਕਮਾਉਂਦੇ ਜੀ ਆਪਣੇ ਜੋਸੇਪੇ ਕੋਨਤੇ ਨੇ ਉਹ ਕਹਦਾ ਜੀ ਮੈਂ ਦਾ ਤੁਹਾਨੂੰ ਘੁੰਮਣ ਫਿਰਨ ਦੇਣਾ ਚਾਹਨਾ ਪਰ ਮੈਂ ਤੁਹਾਡੀ ਫਿਕਰ ਕਰਦਾ ਇਸ ਕਰਕੇ ਮੈਂ ਕਹਿੰਦਾ ਵੀ ਤੁਸੀਂ ਘਰ ਰਹੋ ਪਰ ਜੇ ਤੁਸੀਂ ਚਾਹਦੇ ਆ ਤੁਸੀਂ ਘੁੰਮਣਾ ਫਿਰਨਾ ਤਾਂ ਇਹ ਜਿਹੜਾ ਡਿਸੀਜਨ ਆ ਮੈਂ ਨਹੀਂ ਪਾਰਲੀਮੈਂਟ ਲੈ ਸਕਦੀ ਆ ਜੇ ਪਾਰਲੀਮੈਂਟ ਵਾਲੇ ਸਾਰੇ ਰਲ ਕੇ ਕਹਿਦਨ ਪਾਰਲੀਮੈਂਟ ਆਪਸੀ ਬਹੁਮਤੀ ਸਹਿਮਤੀ ਦੇ ਨਾਲ ਆਪਸ ਦੇ ਨਾਲ ਇਹ ਇਹ ਫੈਸਲਾ ਲੈ ਲਵੇ ਵੀ ਹਾਂਜੀ ਜਿਹੜੇ ਛੋਟੇ ਛੋਟੇ ਕਮੂਨ ਨੇ ਇਹਨਾਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਜਾਂ ਫਿਰ ਹੋਰ ਜਿਹੜੇ ਪਿੰਡਾਂ ਇਹਨਾਂ ਦੇ ਵਿੱਚ ਬੰਦੇ ਘੁੰਮ ਫਿਰ ਸਾਦੇ ਮੈਨੂੰ ਕੋਈ ਚੱਕਰ ਨਹੀਂ ਪਾਰਲਮੈਂਟ ਮੈਨੂੰ ਕਹੇ ਆਪਾਂ ਕਹਿੰਦਾ ਸੈਨ ਕਰ ਦੇਣੇ ਦੇਖੋ ਜੀ ਉਹਨੇ ਆਪਣੇ ਉਤੋਂ ਤਾਂ ਗੱਲ ਗੱਲ ਲਾਤੀ ਹੈ ਜੀ ਤੇ ਫਰਾਂਸ ਦੇ ਵਿੱਚ ਵੀ ਜੇ ਆਪਾਂ ਸਿਚੁਏਸ਼ਨ ਦੇਖੀ ਨਾ ਤੇ ਫਰਾਂਸ ਦੀ ਸਿਚੁਏਸ਼ਨ ਵੀ ਕੁਛ ਐਦਾਂ ਦੀ ਹੈ ਫਰਾਂਸ ਦੇ ਵਿੱਚ ਜਦੋਂ ਦਿਨ ਵਧੇ ਜਾ ਰਹੇ ਨੇ ਉਹ ਕਹਿ ਰਹੇ ਉਹਨਾਂ ਨੇ ਤਾਂ ਕਹਿਤਾ ਸੀ ਕਿ ਰਾਤ ਦੇ 8 ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਅਸੀਂ ਕਰਨਾ ਲੋਕਡਾਊਨ ਆਪਾਂ ਕਰਫਿਊ ਲਾ ਦੇਣੇ ਔਰ ਲੋਕੀ ਕਿਥੇ ਟਰਨ ਲਏ ਤੇ ਲੋਕਾਂ ਨੂੰ ਰੋਕਣ ਦੇ ਲਈ ਫਿਰ ਉਹਨਾਂ ਨੇ ਫਰਾਂਸ ਨੇ ਹੁਣ 1 ਲੱਖ ਪੁਲਿਸ ਵਾਲਾ ਇਟਲੀ ਦੇ ਵਿੱਚ 70000 ਫਰਾਂਸ ਵਾਲੇ ਕਹਿੰਦੇ ਵੀ ਅਸੀਂ 1 ਲੱਖ ਤੋਂ ਤੇ ਰੱਖਣੀ ਉਹਨਾਂ ਨੇ 1 ਲੱਖ ਪੁਲਿਸ ਵਾਲਾ ਨਵੇਂ ਸਾਲ ਤੱਕ ਤੈਨਾਤ ਕਰ ਦੋਣਾ ਜੋ ਕਿ ਆਪਣਾ ਸਟੇਸ਼ਨ ਹੋ ਗਏ ਬਾਸਰਡੇ ਹੋ ਗਏ ਇਦਾਂ ਦੀਆਂ ਜਿਹੜੀਆਂ ਰਸ਼ ਵਾਲੀਆਂ ਜਗ੍ਹਾਵਾਂ ਉਨਾਂ ਤੇ ਜਾ ਕੇ ਫਿਰ ਚੈਕਿੰਗ ਕਰਨਗੇ ਸ਼ਾਪੇ ਮਾਨ ਕੇ ਤੇ ਫਿਰ ਜੁਰਮਾਨੇ ਵੀ ਕਰਨਗੇ ਹੋ ਸਕਦਾ ਹੱਥੋਂ ਪਾਈ ਵੀ ਹੋਣਗੇ ਬੰਦੇ ਵੀ ਤੁਸੀਂ ਸਾਨੂੰ ਘਰਾਂ ਤੋਂ ਬਾਹਰ ਨਹੀਂ ਨਿਕਲ ਦਿੰਦੇ ਤੇ ਲਾਚੇ ਦੇ ਵਿੱਚ 1203 ਨਵੇਂ ਕੀ ਸਾਇਨੇ ਠਾਠ ਮਰੀਤ ਮਰੀਤ ਜਾਂਦੀ ਮੌਤ ਹੋਈ ਹੈ ਕੰਪਨੀਆਂ ਦੇ ਵਿੱਚ ਲੋਕੀ ਪਹੁੰਚਦੇਗੇ ਆਪਣੇ ਵਿੰਜੈਂਸੋ ਦੇ ਲੋਕਾਂ ਨੂੰ ਪੁੱਛਿਆ ਵੀ ਹਾਂ ਵੀ ਲੋਕਿਆ ਤੈਨੂੰ ਜਿਆਦਾ ਹੀ ਬਈ ਕਾਲਾ ਤੂੰ ਜਦੋਂ ਦੇਖੇ ਬਧਾਉਂਦਾ ਹੀ ਰਹਿਣਾ ਕੋਈ ਆਹ ਫਰਮਾਨ ਲਾ ਦੇ ਕੋਈ ਉਹ ਫਰਮਾਨ ਲਾ ਦੇ ਪਰ ਹੁਣ ਫਰਮਾਨ ਕਹਿੰਦਾ ਮੈਂ ਵੀ ਕੀ ਕਰਾਂ ਕੰਪਨੀਆਂ ਦੇ ਵਿੱਚ ਪਹਿਲੇ 10 ਦਿਨਾਂ ਦੇ ਵਿੱਚ ਹੀ 500 ਤੋਂ ਉੱਤੇ ਬੰਦਿਆਂ ਦੀ ਮਰੀਜ਼ਾਂ ਦੀ ਮੌਤ ਹੋ ਗਈ ਹੈ ਐਗਜ਼ੈਕਟ ਦੇਗਾ ਸੀ ਗੱਲ ਕਰੀਏ 507 ਮਰੀਜ਼ ਪਹਿਲੇ 10 ਦਿਨਾਂ ਦੇ ਵਿੱਚ ਮਰ ਗਏ ਨੇ ਕਿ ਤਕਰੀਬਨ ਹਰ ਰੋਜ਼ 50 ਬੰਦਿਆਂ ਦੀ ਮੌਤ ਹੋ ਰਹੀ ਹੈ ਕੰਪਨੀਆਂ ਦੇ ਵਿੱਚ ਇਸ ਵਾਇਸ ਨੇ ਕਹਿੰਦਾ ਵੀ ਮੈਂ ਲਾਸ਼ਾਂ ਦੇ ਢੇਰ ਨਹੀਂ ਦੇਖਣਾ ਚਾਹੁੰਦਾ ਇਸ ਕਰਕੇ ਮੈਂ ਚਾਹਨਾ ਕਿ ਲੋਕੀ ਘਰਾਂ 'ਚ ਵਹਿ ਜਾਣ ਪਰ ਆਲੇ-ਦੁਆਲੇ ਨਾ ਘੁੰਮਣ ਇਹ ਸੀ ਜੀ ਉਹਨਾਂ ਦਾ ਬਿਆਨ ਕੁੱਤੇ ਕੁੱਤਿਆਂ ਦਾ ਸਾਨੂੰ ਹਮੇਸ਼ਾ ਪਤਾ ਕੁੱਤਾ ਇੱਕ ਐਸਾ ਜਾਨਵਰ ਹੈ ਜਿਹਨੂੰ ਹਮੇਸ਼ਾ ਤੋਂ ਹੀ ਵਫਾਦਾਰ ਜਾਨਵਰ ਦੱਸਿਆ ਜਾ ਰਿਹਾ ਕਿ ਆਦਮੀ ਦਾ ਮਨੁੱਖ ਦਾ ਬਹੁਤ ਹੀ ਇਹ ਸਾਥ ਦਿੰਦਾ ਜੀ ਕੁੱਤਿਆਂ ਨੇ ਆਪਣੀ ਵਫਾਦਾਰੀ ਇੱਕ ਵਾਰ ਹੋਰ ਇੱਕ ਵਾਰ ਹੋਰ ਸਾਬਤ ਕੀਤੀ ਹੈ ਜੇ ਤੁਹਾਨੂੰ ਪਤਾ ਵੀ ਕੁੱਤਿਆਂ ਦਾ ਨੱਕ ਬਹੁਤ ਤੇਜ਼ ਹੁੰਦਾ ਤੇ ਹੁਣ ਕੁੱਤਿਆਂ ਤੋਂ ਇੱਕ ਨਵੀਂ ਖੋਜ ਕੱਢੀ ਗਈ ਹੈ ਹੋ ਸਕਦਾ ਤੁਹਾਨੂੰ ਥੋੜਾ ਜਿਹਾ ਹਾਸਾ ਆਵੇ ਪਰ ਇਹ ਇੱਕ ਟੀਮ ਤਿਆਰ ਕੀਤੀ ਗਈ ਹੈ ਜੀ ਕੁੱਤਿਆਂ ਦੀ ਸਾਇੰਟਿਸਟ ਕਿੱਥੇ ਹੈ ਜੀ ਫਰਾਂਸ ਦੇ ਤੇ ਲਵਲਾਨ ਦੇ ਸਾਇੰਟਿਸਟ ਆ ਜੋ ਟੀਮ ਆ ਨਾ ਨੇ ਤਿਆਰ ਕੀਤੀ ਕੁੱਤਿਆਂ ਦੇ ਵੀ ਜਿਹੜੇ ਬੰਦੇ ਪੋਜ਼ਿਟਿਵ ਆ ਉਹਨਾਂ ਦੀਆਂ ਕੱਛਾਂ ਨੂੰ ਸੁੰਘ ਕੇ ਕੁੱਤੇ ਨੂੰ ਪਤਾ ਲੱਗ ਜਾਂਦਾ ਕਿ ਕਿ ਬੰਦਾ ਪੋਜ਼ਿਟਿਵ ਆ ਕਿ ਨੈਗੇਟਿਵ ਆ ਇਹ ਜੋ ਇਸ ਟਾਈਮ ਦੱਸ ਰਿਹਾ ਜੀ ਕੁੱਤੇ 76 ਤੋਂ 100% ਤੱਕ ਸਕਸੈਸ ਦੇ ਚਾਂਸ ਨੇ ਇਹ ਨਹੀਂ ਕਿ ਹਰ ਕੁੱਤਾ ਇਹ ਸੁੰਘ ਸਕਦਾ ਸਿਰਫ ਜੋ ਇਹਨਾਂ ਵੱਲੋਂ ਤਿਆਰ ਕੀਤੇ ਨਿਯਮਿਤ ਕੀਤੇ ਗਏ ਟ੍ਰੇਨਿੰਗ ਦਿੱਤੇ ਗਏ ਸੌਰੀ ਜੇ ਮੇਰੇ ਕੋਲ ਤਾਂ ਬਨਾਵਾ ਤੇ ਰੋਕ ਨਹੀਂ ਪਾਇਆ ਹੋ ਰਹੀ ਪਰ ਅੱਗੇ ਚੱਲਿਆਂ ਜੀ ਖਬਰ ਵੱਲ ਅਗਲੀ ਖਬਰ ਵੱਲ ਚੱਲਦੇ ਹਾਂ ਜੀ ਵੈਕਸੀਨ ਦੀ ਵੈਕਸੀਨ ਦੀ ਕਿਹੜੀ ਖਬਰ ਹੈ ਜੀ ਵੈਕਸੀਨ ਦੀ ਖਬਰ ਹੈ ਜੀ ਇੱਕ ਕੰਪਨੀ ਨੇ ਕੀਤਾ ਦਾਅਵਾ ਕਿ 100% ਸਾਡੀ ਵੈਕਸੀਨ ਕੰਮ ਕਰਦੀ ਹੈ ਚਾਹੇ ਜਿੱਥੇ ਮਰਜ਼ੀ ਸੈਨ ਕਰਾ ਲਓ ਜਿੱਥੇ ਮਰਜ਼ੀ ਵਾਹਿਗੁਰੂ ਹਾਂਜੀ ਤੇ ਜਿੱਥੇ ਮਰਜ਼ੀ ਕਹਿੰਦੇ ਨਾਂ ਲੈ ਲਓ ਸਾਡੀ ਵੈਕਸੀਨ ਦਾ ਤੇ ਸਾਨੂੰ ਸਾਰਿਆਂ ਨੂੰ ਪਤਾ ਕਿ ਲੋਕਾਂ ਨੇ ਕਿਹਾ ਹਾਂਜੀ ਜੀ 100% ਹੈ ਕਿਹੜੀ ਵੈਕਸੀਨ ਹੈ ਜੀ ਇਹ ਵੈਕਸੀਨ ਆ ਜੀ ਅੱਜ ਕੇ ਦੇਖੋ ਜੀ ਇਹ ਇਹ ਆਪਣੀ ਇਹ ਫਾਰਮਸੀ ਆ ਇਹ ਕੰਪਨੀ ਆ ਜੀ ਚਾਈਨਾ ਦੀ ਜਿਨ੍ਹਾਂ ਨੇ ਡੱਬੇ ਇਹਦੇ ਵਿੱਚ ਅਰਬ ਦੇ ਵਿੱਚ ਜਾ ਕੇ ਰਜਿਸਟਰ ਕੀਤੀ ਆਪਣੀ ਵੈਕਸੀਨ ਨੂੰ ਰਜਿਸਟਰ ਕੀਤਾ ਜਿਹਦਾ ਨਾਮ ਆ ਸਿਨੋਫਾਰਮ 31000 ਬੰਦਿਆਂ ਦੇ ਉੱਤੇ ਇਹਨੂੰ ਟੈਸਟ ਕੀਤਾ ਗਿਆ ਤੇ 31000 ਤੇ 31000 ਹੀ ਕਹਿੰਦੇ ਆ ਠੀਕ ਹੋ ਗਿਆ ਤੁਸੀਂ ਕੀ ਸੋਚਦੇ ਹੋ ਜੀ ਚਾਈਨਿਸ ਵਾਇਰ ਚైనా ਦੀ ਜਿਹੜੀ ਵੈਕਸੀਨ ਦੇ ਬਾਰੇ ਕੀ ਸੋਚਦੇ ਹੋ ਸਾਨੂੰ ਜਰੂਰ ਦੱਸਿਓ ਅਸੀਂ ਤੁਹਾਡੀ ਸਾਰਿਆਂ ਦੀ ਰਾਏ ਜਰੂਰ ਸੁਣਨਾ ਪਸੰਦ ਕਰਾਂਗੇ ਜੀ ਤੇ ਕਿੰਨੇ ਪੈਸੇ ਲੈ ਕੇ ਜਾ ਸਕਦੇ ਹਾਂ ਏਅਰਪੋਰਟ ਤੇ ਇਹ ਤੁਹਾਨੂੰ ਦੱਸਿਆ ਕਿ ਅੱਜ ਦੀਆਂ ਖਬਰਾਂ ਦੇ ਵਿੱਚ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਦੇਖ ਲੈਣੀ ਇੱਕ ਖਬਰ ਮਿਸ ਹੋ ਗਈ ਹੈ ਕਿਹੜਾ ਦੇਸ਼ ਕਿਸ ਵੈਕਸੀਨ ਵੱਲ ਜਾ ਰਿਹਾ ਤੇ ਕਿਸ ਕਿਹਦੇ ਵੱਲ ਦੇਖ ਰਿਹਾ ਹੈ ਜੌਰਪਾ ਇਸ ਟਾਈਮ ਜਿਹੜੀ ਗੱਲ ਕਰ ਰਹੀ ਹੈ ਜੀ ਵੀ ਫਾਈਜ਼ਰ ਤੇ ਆਸਟਰਾ ਜ਼ੈਨਕਾ ਨੂੰ ਕਹਿ ਰਿਹਾ ਕਿ ਅਸੀਂ ਇਹਦੇ ਉੱਤੇ ਜਿਆਦਾ ਜਾਦਾ ਕੰਟਰੈਕਟ ਕਰਨੇ 6 ਕੰਟਰੈਕਟ ਕੀਤੇ ਨੇ ਇਸ ਟਾਈਮ ਜਿਹੜਾ ਯੂਰਪ ਨੇ ਯੂਰਪ ਯੂਨੀਅਨ ਨੇ ਜੋ 6 ਕੰਟਰੈਕਟ ਕੀਤੇ ਨੇ ਉਹਨੇ ਆਸਟਰਾ ਜ਼ੇਨੇਕਾ ਸਨੋਫੀ ਜੌਨਸਨ ਐਂਡ ਜੌਨਸਨ ਪੀਫਾਈਜ਼ਰ ਕੋਰੇਵਾਖ ਤੇ ਦੇ ਨਾਲ ਮੋਡਰਨਾ ਜੋ ਕਿ ਹੁਣ ਤੁਹਾਨੂੰ ਦੱਸਿਆ ਕਿ ਫਰਚਾਂ ਦੇ ਵਿੱਚ ਨਾਰਮਲ ਰੱਖੀ ਜਾ ਸਕਦੀ ਇਹਨਾਂ ਦੇ ਨਾਲ ਕੀਤੇ ਨੇ ਕੰਟਰੈਕਟ ਉਤੋਂ ਬਾਅਦ ਅਮਰੀਕਾ ਨੇ ਜ਼ਿਆਦਾ ਕੰਟਰੈਕਟ ਕੀਤਾ ਪੀਫਾਈਜ਼ਰ ਤੇ ਮੋਡਰਨਾ ਸਭ ਤੋਂ ਬਾਅਦ ਜਿਹੜੀ ਅਸੀਂ ਰੱਖ ਸਕਦੇ ਹਾਂ ਕਿ ਪੀਫਾਈਜ਼ਰ ਤੇ ਮੋਡਰਨਾ ਹੀ ਜ਼ਿਆਦਾਤਰ ਇਸ ਟਾਈਮ ਮਸ਼ਹੂਰ ਹੋ ਰਹੀ ਆ ਬਰਾਜ਼ਿਲ ਦੇ ਵਿੱਚ ਸੀਨੋਵਾਕਾ ਸੀਨੋਵਾਕ ਕਿਹੜੀ ਹੈ ਜੀ ਸੀਨੋਵਾਕਾ ਜੀ ਚਾਈਨੀਜ਼ ਚਾਈਨਾ ਦੀ ਆ ਉਹ ਬਰਾਜ਼ਿਲ ਦੇ ਵਿੱਚ ਜਾਏਗੀ ਤੇ ਅਰਜنٹੀਨਾ ਦੇ ਵਿੱਚ ਜਾਣੀ ਆ ਸਪੁੰਤਿੰਗ 5 ਸਪੁੰਦਿੰਗ 5 ਕਿਹੜੀ ਹੈ ਜੀ ਜਿਹੜੀ ਰਸ਼ੀਆ ਦੀ ਵੈਕਸੀਨ ਹੈ ਜਿਹਨੂੰ ਆਪਣੇ ਇੰਡੀਆ ਨੇ ਵੀ ਖਰੀਦਿਆ ਤੇ ਤੁਰਕੀ ਨੇ ਉਹਨੂੰ ਵਾਪਸ ਕਰਤਾ ਤੁਰਕੀ ਨੇ ਰਸ਼ੀਆ ਦੀ ਵੈਕਸੀਨ ਨੂੰ ਛੱਡ ਕੇ ਚਾਈਨਾ ਦੀ ਵੈਕਸੀਨ ਨੂੰ અપਨਾ ਲਿਆ ਜੀ ਸੀਨੋਵਾਕ ਨੂੰ ਤੇ ਉਹ ਉਹਨਾਂ ਨੇ ਤਕਰੀਬਨ 20 ਮਿਲੀਅਨ ਡੋਸ ਖਰੀਦਿਆ ਕਿ ਅਸੀਂ ਇਹਨਾਂ ਨੂੰ ਖਰੀਦਾਂਗੇ ਫਿਰ ਫਾਈਜ਼ਰ ਉਸ ਤੋਂ ਬਾਅਦ ਇਜ਼ਰਾਈਲ ਨੇ ਖਰੀਦੀ ਜੋ ਕਿ 7 ਦਸੰਬਰ ਤੋਂ ਬਾਅਦ ਉਹਨਾਂ ਦੀਆਂ ਗੱਲਾਂ ਬਾਤਾਂ ਹੋ ਗਈਆਂ ਨੇ ਕਿੰਨੇ ਖਰੀਦੇ ਨੇ ਬਾਅਦ ਚ ਤੁਹਾਨੂੰ ਪਤਾ ਲੱਗ ਜਾਣਾ ਆ ਉਸ ਤੋਂ ਬਾਅਦ ਜੁਏ ਨੇ ਵੀ ਸਿਨੋਵਾਕ ਦੇ ਉੱਤੇ ਹੀ ਭਰੋਸਾ ਜਤਾਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਸਿਨੋਫਾਰਮ ਵੀ ਉੱਥੇ ਜਾ ਕੇ ਰਜਿਸਟਰ ਕੀਤੀ ਹੈ ਜੋ ਕਿ 31000 ਬੰਦਿਆਂ ਦੇ ਉੱਤੇ ਟੈਸਟ ਕੀਤਾ ਗਿਆ ਸੀ ਤੇ 31 ਦੇ 31 ਹੀ ਠੀਕ ਹੋ ਗਏ ਨੇ ਏਜੀਪਟ ਜਿਵੇਂ ਮਿਸਰ ਦੀ ਗੱਲ ਕਰੀਏ ਤਾਂ ਉਹ ਵੀ ਸੀਨ ਉਹ ਵਾਕ ਹੀ ਦੇਖ ਰਹੇ ਨੇ ਚਾਈਨਾ ਦੀ ਵੀ ਚੜ੍ਹਾਈ ਚਾਈਨਾ ਦੀ ਚੜ੍ਹਾਈ ਹੈ ਜੀ ਹੋ ਸਕਦਾ ਜਿਆਦਾ ਕੰਮ ਕਰਦੀ ਹੋ ਹੋ ਸਕਦਾ ਲੋਕ ਇਹ ਸੋਦੇ ਨੇ ਸੋਚਦੇ ਹੁਣ ਇਹਨਾਂ ਦੇ ਪਹਿਲਾਂ ਫੈਲੀ ਇਹ ਹੁਣ ਠੀਕ ਹੋ ਮੰਦੇ ਆ ਇਹਦਾ ਮਤਲਬ ਇਹਨਾਂ ਦੇ ਕੋਲ ਕੋਈ ਗੱਦੜ ਸਿੰਘ ਹੀ ਆ ਤੇ ਉਹੀ ਗੱਦੜ ਸਿੰਘ ਹੀ ਸਾਰੇ ਜਾਣੇ ਪੜਨਾ ਚਾਹਦੇ ਆ ਜੀ ਤੇ ਹੁਣ ਗੱਲ ਕਰਦੇ ਆ ਜੀ 10000 10000 ਦੀ ਜਿਹੜੀ ਗੱਲਬਾਤ ਚੱਲ ਰਹੀ ਹੈ ਕਿ 10000 ਤੋਂ ਵੱਧ ਜੇਕਰ ਕੋਈ ਬੰਦਾ ਲੈ ਕੇ ਜਾਵੇ ਤਾਂ ਉਹਨੂੰ ਜੁਰਮਾਨੇ ਹੁੰਦੇ ਆ ਸਭ ਤੋਂ ਪਹਿਲਾਂ ਦੇਖਦੇ ਆ ਕਿ ਜੁਰਮਾਨੇ ਅਸਲ ਦੇ ਵਿੱਚ ਕਿੰਨੇ ਹੁੰਦੇ ਆ ਇਸ ਟਾਈਮ ਜਿਹੜੀ ਗੱਲ ਕੀਤੀ ਜਾ ਰਹੀ ਹੈ ਉਹ ਹੈਗੀ ਪੇ ਲਿਮਟ ਕਿੰਨੀ ਹੈ ਕੈਸ਼ ਦੀ ਕੈਸ਼ ਦੀ ਲਿਮਟ ਆ 9999 ਯਾਨੀ ਕਿ 10000 ਰੋ ਤੱਕ ਕੋਈ ਨਹੀਂ ਧਿਕ ਰੱਤ ਨੇ ਕਿਸੇ ਵੀ ਪ੍ਰਕਾਰ ਦਾ ਕੁਝ ਵੀ ਤੁਹਾਨੂੰ ਕੋਈ ਨਹੀਂ ਪੁੱਛ ਸਕਦਾ ਰਸਤੇ ਜੇ ਫਾਈਨਾਂਸ ਵਾਲੇ ਕਰਨੇ ਗੁਆਰਦੇ ਦੀ ਫਾਈਨਾਂਸ ਕਰਨ ਤੁਹਾਨੂੰ ਚੈੱਕ ਕਰਨ 10000 ਰੋ ਨਿਕਲੇ ਆ ਕੋਈ ਨਹੀਂ ਉਹਨਾਂ ਨੇ ਕਿਹਾ ਠੀਕ ਆ ਤੁਸੀਂ ਜਾਓ ਜੇ 10000 ਰੋ ਤੋਂ ਬਾਅਦ ਦਾ ਫਿਰ ਕੀ ਆ ਜੇਕਰ 10000 ਰੁਪਏ ਤੋਂ ਵੱਧ ਦਾ ਤਾਂ ਫੇਰ ਜੀ ਤੁਹਾਡੇ ਕੋਲ ਇੱਕ ਫਾਰਮ ਹੋਣਾ ਚਾਹੀਦਾ ਜੋ ਕਿ ਉਸ ਉਹ ਫਾਰਮ ਉਥੋਂ ਹੀ ਦੁਕਾਨਾਂ ਤੋਂ ਮਿਲ ਜਾਂਦਾ ਉਥੋਂ 에어ਪੋਰਟ ਤੇ ਵੀ ਤੁਹਾਨੂੰ ਮਿਲ ਜਾਣਾ ਜਾਂ ਫਿਰ ਤੁਸੀਂ ਜਿਹੜੀ ਵੈਬਸਾਈਟ ਹੈ ਏਜੰਸੀਆ ਦੇਲੇ ਦੁਕਾਨੇ ਦੇ ਮੋਨੋਪੋਲੀ ਉਹਨਾਂ ਦੀ ਵੈਬਸਾਈਟ ਤੋਂ ਜਾ ਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਫਾਰਮ ਜੇਕਰ ਤੁਹਾਨੂੰ ਨਹੀਂ ਪਤਾ ਕਿੱਦਾਂ ਕਰਨਾ ਤੁਸੀਂ ਸਾਨੂੰ ਦੱਸਿਓ ਅਸੀਂ ਆਪਣੀ ਵੈਬਸਾਈਟ ਤੇ ਉਹ ਜਿਹੜਾ ਫਾਰਮ ਆ ਤੁਹਾਨੂੰ ਪ੍ਰੋਵਾਈਡ ਕਰ ਦਾਂਗੇ ਤੁਸੀਂ ਉਹਨੂੰ ਡਾਊਨਲੋਡ ਤੇ ਕਲਿੱਕ ਕਰਨਾ ਤੇ ਡਾਊਨਲੋਡ ਕਰ ਲੈਣਾ ਉਸ ਫਾਰਮ ਨੂੰ ਭਰਨਾ ਹੈ ਜੀ ਤੇ ਉਹਦੇ ਦੋ ਕਾਪੀਆਂ ਕੱਢ ਕੇ ਰੱਖਿਓ ਇੱਕ ਵਾਰ ਐਂਟਰੀ ਲਈ ਤੇ ਇੱਕ ਵਾਰ ਐਕਸਟਰੀ ਲਈ ਜੇ ਆਣ ਵੇਲੇ ਵੀ ਤੁਹਾਡੇ ਕੋਲ 10000 ਤੋਂ ਵੱਧ ਪੈਸੇ ਆ ਤੇ ਜੇ ਤਾਂ ਤੁਸੀਂ ਉਹ ਫਾਰਮ ਭਰਿਆ ਤੇ ਪੁਲਿਸ ਨੇ ਚੈੱਕ ਕੀਤਾ ਵੀ ਹਾਂ ਵੀ ਕਿੰਨੇ ਪੈਸੇ ਆ 40000 ਰੁਪਏ ਯਾਨੀ ਜ਼ਿਆਦਾ ਵੀ ਨਾ ਹੋਵੇ ਤੁਸੀਂ ਦੱਸਿਆ ਕਿ ਮੇਰੇ ਕੋਲ 15000 ਰੁਪਏ ਨਹੀਂ ਹਨ ਕੋਈ ਗੱਲ ਨਹੀਂ ਉਸ ਫਾਰਮ ਦੇ ਵਿੱਚ ਤੁਹਾਨੂੰ ਪ੍ਰੂਫ ਦੇਣਾ ਪੈਣਾ ਕਿ ਇਹ ਪੈਸੇ ਕਿੱਥੇ ਆ ਜੇਕਰ ਤੁਹਾਨੂੰ ਕਿਸੇ ਕਿਸੇ ਨੇ ਕਿਹਾ ਕਿ ਸਾਡੀ ਫੈਮਿਲੀ ਨੂੰ ਦੇ ਦਿਓ 1000 ਰੁਪਏ ਜਾਂ ਐਦਾਂ ਕਰਕੇ ਤਾਂ ਬਸ ਹੋਰ ਕੁਝ ਨਹੀਂ ਉਹਨਾਂ ਬੰਦਿਆਂ ਦੇ ਸਾਈਨ ਕਰਾ ਲਿਓ ਜਾਂ ਫਿਰ ਬੰਦਿਆਂ ਦਾ ਪ੍ਰੂਫ ਹੋਵੇ ਜੇਕਰ ਉਹਨਾਂ ਨੂੰ ਫੋਨ ਕਰਨ ਤਾਂ ਉਹ ਦੱਸਣ ਕਿ ਹਾਂਜੀ ਅਸੀਂ ਇਹਨਾਂ ਨੂੰ ਪੈਸੇ ਦਿੱਤੇ ਹੀ ਆਪਣੀ ਫੈਮਲੀ ਨੂੰ ਕਿਉਂਕਿ 10-15 ਰੁਪਏ ਇੰਡੀਆ ਭੇਜਣ ਨੂੰ ਲੱਗਦੇ ਹੀ ਜੇਕਰ ਫਾਰਮ ਨਾ ਹੋਵੇ ਤੁਸੀਂ 15000 ਤੁਸੀਂ 20000 ਤੁਸੀਂ 40000 ਲੈ ਕੇ ਜਾ ਰਹੇ ਹੋ ਨਾ 10000 ਤੋਂ ਉੱਤੇ ਆ ਜਿਹੜਾ ਉਹ ਤੋਂ ਨਹੀਂ ਜ਼ਬਤ ਕਰ ਲੈਣਾ ਨਹੀਂ ਕਹਿੰਦਾ 10000 ਤੁਸੀਂ ਲੈ ਕੇ ਜਾ ਸਕਦੇ ਆ ਜਿੰਨਾ 10 ਤੋਂ ਉੱਤੇ ਆ ਉਹ ਜ਼ਬਤ ਕਰ ਲੈਣਾ ਤੇ ਉਹਦੇ ਉੱਤੇ 40% ਤੱਕ ਜੁਰਮਾਨਾ ਹੋ ਸਕਦਾ ਹਾਂਜੀ ਬਿਲਕੁਲ ਸਹੀ ਸੁਣਿਆ 40% ਤੱਕ ਜੁਰਮਾਨਾ ਹੋ ਸਕਦਾ ਤੇ ਜਿਹੜਾ ਜਬਤ ਕੀਤਾ ਸਾਲ ਦੇ ਵਿੱਚ ਵਿੱਚ ਤੁਹਾਨੂੰ ਪੈਸੇ ਵਾਪਸ ਹੀ ਮਿਲ ਜਾਂਦੇ ਆ ਇਹ ਨਹੀਂ ਕਿ ਇਹ ਪੈਸੇ ਤੁਹਾਨੂੰ ਨਹੀਂ ਦੇਣੇ ਪਰ ਜੇਕਰ ਉਹ ਪੁਲਿਸ ਵਾਲਾ ਚੰਗਾ ਹੋਵੇ ਤੇ ਜਿਆਦਾ ਪੈਸੇ ਤੁਹਾਡੇ ਕੋਲ ਨਾ ਹੋਣ 5-7000 10000 ਹੀ ਹੋਣ ਤੇ ਤੁਸੀਂ ਬੋਲ ਕੇ ਉਹਨਾਂ ਨੂੰ ਦੱਸ ਦਿੰਨੇ ਕਿ ਇਦਾਂ ਬੰਦਿਆਂ ਨੇ ਦਿੱਤੇ ਹੀ ਮਾਨੂੰ ਉਹਨੂੰ ਦੇਣੇ ਤਾਂ ਫਿਰ ਤੁਸੀਂ ਤਕਰੀਬਨ ਜਿੰਨਾ ਵੱਧ ਹੋਣਾ ਉਹਦਾ 5% ਦੇ ਦਿਓ ਮੰਨ ਲਓ ਤੁਹਾਡਾ ਤੁਸੀਂ 10000 ਲੈ ਕੇ ਜਾ ਸਕਦੇ ਹੋ ਤੁਹਾਡੇ ਕੋਲ 20000 ਤੇ ਤੁਸੀਂ ਉਹ ਜਿਹੜਾ 10% ਦਾ ਜੇ ਉਸੇ ਵੇਲੇ 5% ਪੈਸੀ ਦੇ ਦੋ ਉਹਨਾਂ ਨੂੰ ਉੱਥੇ ਜਿਹੜਾ ਆਫਿਸ ਆ ਨਾ ਉਹਨਾਂ ਦਾ ਤੇ ਉਹਦੇ ਵਿੱਚ ਜਾ ਕੇ ਜੇਕਰ ਤੁਸੀਂ ਪੈਸੇ ਦੇ ਦੋ ਘੱਟ ਤੋਂ ਘੱਟ 20000 ਤੋਂ ਸਟਾਰਟ ਹੁੰਦੀ ਆ ਤੇ 5% ਜਿੰਨਾ ਹੋ ਸਕਦਾ ਉਨਾ ਹੋ ਸਕਦਾ ਇਹ 5% 500 ਵੀ ਹੋ ਸਕਦਾ 5% 50000 ਵੀ ਹੋ ਸਕਦਾ ਡਿਪੈਂਡ ਕਰਦਾ ਤੁਸੀਂ ਕਿੰਨੇ ਲੈ ਕੇ ਜਾ ਰਹੇ ਹੋ ਪਰ ਇੱਕ ਗੱਲ ਇਹ ਆ ਕਿ ਜਿਹੜੀ ਪੈਸੇ ਜੋ ਜਾਬਤ ਕੀਤੇ ਆ ਨਾ ਉਸ ਉਹਨਾਂ ਪੈਸਿਆਂ ਦਾ ਉਹ 2.5 ਲੱਖ ਤੋਂ ਵੱਧ ਨਹੀਂ ਹੋਣੀ ਚਾਹੀਦੀ ਐਨੀ ਦਾ ਪੈਸੇ ਕੋਈ ਕੈਸ਼ ਦੇ ਵਿੱਚ ਨਹੀਂ ਲੈ ਕੇ ਜਾ ਸਕਦਾ ਤੇ 40% ਤੱਕ ਉਹ ਜਬਤ ਕਰਕੇ ਰੱਖ ਸਕਦੇ ਆ ਤੇ 40% ਉੱਤੇ ਜਿਹੜਾ ਜੁਰਮਾਨਾ ਹੋਣਾ ਹੋ 40% ਜਬਤ ਕੀਤਾ ਜਾ ਸਕਦਾ 40% ਜੁਰਮਾਨਾ ਵੀ ਹੋ ਸਕਦਾ ਤੇ ਇਹ ਤੋਂ ਬਚਿਆ ਕਿੱਦਾਂ ਜਾ ਸਕਦਾ 5% ਦਾ ਫਾਈਨ ਹੁੰਦਾ 10000 ਪਿੱਛੇ 500 ਰੁਪਇਆ ਬਣਿਆ ਤਾਂ ਉਹਨਾਂ ਨੂੰ 500 ਰੁਪਇਆ ਤਾਰ ਦੋ ਤੇ ਉਹ ਤੁਹਾਡੇ ਜਿਹੜੇ ਪੈਸੇ ਵੀ ਤਾਂ ਆਪਣੇ ਜਬਤੋਂ ਵਾਲੇ ਉਤੋਂ ਬਚ ਸਕਦੇ ਆ ਜੇਕਰ ਉਹਨਾਂ ਨੇ ਜ਼ਿਆਦਾ ਗੱਲਬਾਤ ਕੀਤੀ ਜ਼ਿਆਦਾ ਉਹਨਾਂ ਨੇ ਬਹਿਸ ਵਾਜਾਈ ਕੀਤੀ ਤਾਂ ਫੇਰ ਤੁਹਾਡੇ ਤੇ ਦਿਨੂਨ ਜਾਂ ਪਰ ਰੀਚੀ ਕਲਾਜੋ ਵੀ ਹੋ ਸਕਦਾ ਜਿਹਨੂੰ ਅਸੀਂ ਸਮੰਗਲਿੰਗ ਦਾ ਕੇਸ ਕਹਿੰਨੇ ਫਿਰ ਤੁਹਾਡੇ ਉਤੇ ਸਮੰਗਲਿੰਗ ਦਾ ਕੇਸ ਹੋ ਸਕਦਾ ਜਿਹਦੇ ਨਾਲ ਫਿਰ ਤੁਹਾਨੂੰ ਪਤਾ ਹੈ ਕੀ ਕੀ ਹੋਣਾ ਤੇ ਇਹ ਜੋ ਪੈਸੇ ਨੇ ਡਰਨ ਦੀ ਲੋੜ ਨਹੀਂ ਜੇ ਕਿਸੇ ਦੇ ਪੈਸੇ ਉੱਥੇ ਹੋ ਰਹਿਣਾ ਤੁਹਾਡੇ ਕੋਲ 5 ਸਾਲ ਤੱਕ ਦਾ ਟਾਈਮ ਹੁੰਦਾ ਕਿ ਤੁਸੀਂ ਆਪਣਾ ਜਵਦ ਕੀਤਾ ਹੋਇਆ ਜਿਹੜਾ ਪੈਸਾ ਆ ਉਹ ਤੁਸੀਂ ਵਾਪਸ ਲੈ ਸਕਦੇ ਜੀ ਗੱਲ ਹੁਣ ਪੈਸਿਆਂ ਦੀ ਚੱਲੀ ਆ ਤਾਂ ਤੁਹਾਨੂੰ ਹੋਰ ਵੀ ਦੱਸਦੇ ਜਿਨ੍ਹਾਂ ਕਾਫੀ ਆਪਣੇ ਇੰਡੀਅਨ ਬੰਦੀਆਂ ਦੀਆਂ ਦੁਕਾਨਾਂ ਨੇ ਤੇ ਉਹ ਕਿੰਨਾ ਸਮਾਨ ਲੈ ਕੇ ਆ ਸਾਡਾ ਜਿਹੜਾ ਤਬਾਕੂ ਆ ਜਿਹੜੇ ਸਿਗਰ ਤਬਾਕੂ ਜਿਹਦਾ ਸਿਗਰ ਟਾਂ ਰੱਖ ਲੋ ਸਿਗਰ ਟਾਂ ਜਿਹੜੀਆਂ ਵੱਧ ਤੋਂ ਵੱਧ ਤੁਸੀਂ 800 ਸਿਗਰ ਟਾਂ ਲੈ ਕੇ ਆ ਸਕਦੇ ਆ ਪਲੇਨ ਦੇ ਵਿੱਚ ਇੱਕ ਬੰਦਾ ਲਈ ਜੋ ਗਿਣਤੀ ਆ 400 ਵੀ ਹੋ ਸਕਦੀ ਹੈ ਡਿਪੈਂਡ ਕਰਦਾ ਵੀ ਉਹਨਾਂ ਦਾ ਜਿਹੜਾ ਭਾਰ ਆ 3 ਗ੍ਰਾਮ ਤੋਂ ਵੱਧ ਨਾ ਹੋਵੇ 3 ਗ੍ਰਾਮ ਤਬਾਕੂ ਦੇ ਹਿਸਾਬ ਨਾਲ ਉਹ ਦੱਸਦੇ ਆ ਵੀ ਤੁਸੀਂ ਕਿੰਨੇ ਲੈ ਜੇ ਸਿਗਾਰ ਆ ਉਹ ਤੁਸੀਂ 200 200 ਸਿਗਾਰ ਲੈ ਕੇ ਆ ਸਕਦੇ ਕਹਿਣ ਦਾ ਭਾਅ ਕੀ ਆ ਜੀ ਕਿ 1 ਕਿਲੋ ਤਬਾਕੂ ਜਹਾਜ਼ ਦੇ ਵਿੱਚ ਫਲਾਈਟ ਦੇ ਵਿੱਚ ਲਿਆਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਸ਼ਰਾਬ ਦੀ ਗੱਲ ਆndi ਕਿ ਸ਼ਰਾਬ ਕਿੰਨਾ ਲੈ ਕੇ ਆ ਸਕਦੇ ਸ਼ਰਾਬ ਦੇ ਜਿਹੜੀ ਲਿਮਿਟ ਵਾਜੀ 10 ਲੀਟਰ ਦੀ ਦਿੱਤੀ ਜਾਂਦੀ ਹੈ ਪਰ ਸੁਪਰ ਅਲਕੋਹੋਲੀ ਚੀਜ਼ ਤੇ ਜਿਨ੍ਹਾਂ ਦੇ ਵਿੱਚ 22% ਤੋਂ ਜ਼ਿਆਦਾ ਫਿਰ ਅਲਕੋਹਲ ਦੀ ਮਾਤਰਾ ਹੁੰਦੀ ਹੈ ਤੇ ਉਸ ਤੋਂ ਬਾਅਦ 20 ਲੀਟਰ ਵਾ 20 ਲੀਟਰ ਲੈ ਕੇ ਤੁਸੀਂ ਉਹ ਸ਼ਰਾਬ ਦੀਆਂ ਬੋਤਲਾਂ ਲੈ ਕੇ ਆ ਸਕਦੇ ਜਿਨ੍ਹਾਂ ਦੇ ਵਿੱਚ 22% ਤੋਂ ਘੱਟ ਹੁੰਦੀ ਹੈ ਤੇ 90 ਲੀਟਰ ਤੁਸੀਂ ਵਿਨੂ ਲੈ ਕੇ ਜਾ ਸਕਦੇ ਆ ਜਾਂ ਫਿਰ ਲੈ ਕੇ ਆ ਸਕਦੇ ਆ ਤੇ ਬੀਅਰ ਜਿਹੜੀ ਆ ਉਹ ਤੁਸੀਂ 110 ਲੀਟਰ ਤੱਕ ਲੈ ਕੇ ਆ ਜਾਂ ਫਿਰ ਜਾ ਸਕਦੇ ਆ ਇਹ ਇਨਫੋਰਮੇਸ਼ਨ ਦਿੱਤੀ ਹੈ ਜੀ ਆਪਾਂ ਕਾਫੀ ਆਪਣੀ ਇੰਡੀਅਨ ਜਾਂ ਪਾਕਿਸਤਾਨੀ ਵੀਰ ਜਣੀਆਂ ਦੁਕਾਨਾਂ ਨੇ ਉਹਨਾਂ ਦੇ ਲਈ ਆ ਹੋਰ ਵੀ ਬਹੁਤ ਇਨਫੋਰਮੇਸ਼ਨਾਂ ਨੇ ਜੇ ਤੁਸੀਂ ਹੋਰ ਵੀ ਸਮਾਨ ਬਾਰੇ ਪਤਾ ਕਰਨਾ ਚਾਹਦੇ ਕਮੈਂਟ ਕਰਿਓ ਕਿਹੜਾ ਸਮਾਨ ਕਿੰਨਾ ਲੈ ਕੇ ਜਾ ਸਕਦੇ ਆ ਆਪਾਂ ਕੱਲ ਦੀ ਵੀਡੀਓ ਚ ਅਪਡੇਟ ਕਰ ਦਾਂਗੇ ਤੇ ਚਲੋ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਾਂਗੇ ਹੁਣ ਆਪਣੇ ਨੈਕਸਟ ਅਪਡੇਟ ਦੇ ਵਿੱਚ ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਖਿਆਲ ਰੱਖਿਓ ਜੀ ਸੁਣ ਰਹੀ ਤੁਸੀਂ ਕੁਲਵਿੰਦਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ